मार्ग ते और ते दूर दे रहे हैं तो जो पूरी नेपाल दी संगत इतने पहुंची है नाली हिंदुस्तान दी संगत इतने पहुंची है बाहर विदेशों तो जो संगत इतने पहुंची है उन्हें दे नाल संबोधन करना और उन्हें दे नाली जिन्ना भी पत्रकार आया मैं उन्हें तभी स्वागत करता है सो और एक जोरदार जयकारा लगाइए जी बोले सिंह साहब जथेदार जोगिंदर सिंह जी वैदांती जी मैं बेनती करा सारे नू भी सारे ने गुरु चरणा दे विच नतमस्तक होके जिते जिते भी स्थान मिलता है जिन्हें भी वॉलंटियर जेडे ने उन्हें दी ड्यूटी लगाई है और सारे संगतां नू जेड़ा है उन्हें दा स्थान ग्रहण करन ते आओ सारे जाने सिंह साहब ज्ञानी जथेदार जोगिंदर सिंह जी वैदांती होना दे जो संदेश है उसनू सारे ने श्रवण करना है सारे पावन चरण शब्द जोड़ बैठी ਸਨਮਾਨ ਯੋਗ ਸਾਧ ਸੰਗਤ ਜੀ ਸਨਮਰ ਗੁਰਪੁਰਬ ਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਇਹ ਸੁਭਾਗ ਸਮਾਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਇੱਕ ਇਤਿਹਾਸਕ ਅਸਥਾਨ ਪ੍ਰਾਣੀ ਜਿਸ ਕੌਰ ਜਦੋਂ ਸਿੱਖ ਰਾਜ ਸਮਾਪਤ ਹੋ ਗਿਆ ਬਹੁਤ ਸਾਰੀਆਂ ਵਿਪਤਾਵਾਂ ਕੌਮ ਦੇ ਪਈਆਂ ਉਸ ਸਮੇਂ ਇਸ ਸਥਾਨ ਤੇ ਪ੍ਰਾਣੀ ਜਿੰਦ ਕੌਰ ਨੂੰ ਨੇਪਾਲ ਦਾ ਨੇਪਾਲ ਦੇ ਰਾਜਾ ਨੇਪਾਲ ਦੇ ਨਾਲ ਸਾਡੇ ਬਹੁਤ ਪੁਰਾਣੇ ਇਤਿਹਾਸਕ ਸੰਬੰਧ ਸਨ ਅੰਗਰੇਜ਼ ਰਾਜ ਦੇ ਵਿੱਚ ਵੀ ਨੇਪਾਲ ਆਜ਼ਾਦ ਰਿਹਾ ਨੇਪਾਲ ਦੀਆਂ ਸਾਡੇ ਨਾਲ ਹਿੰਦੁਸਤਾਨ ਦੇ ਨਾਲ ਬਹੁਤ ਸਾਰੀਆਂ ਗੂੜੇ ਸੰਬੰਧ ਸਨ ਹਮੇਸ਼ਾ ਰਹੇ ਨੇ ਹੁਣ ਵੀ ਉਸ ਸਮੇਂ ਇੱਥੇ ਇਸ ਸਥਾਨ ਦੇ ਸਬੱਬ ਬਣਦੇ ਨੇ ਕਾਰਨ ਬਣਦੇ ਨੇ ਇਹ ਕਾਰਨ ਬਣਿਆ ਸਾਡੇ ਬਹੁਤ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਤਿਕਾਰਯੋਗ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੀਰੀ ਪੀੜੀ ਦੇ ਮਾਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਵਾਜੇ ਹੋਏ ਭਾਈ ਸਾਹਿਬ ਭਾਈ ਜਿਹੜੀ ਚੰਦੀ ਅੰਸ਼ ਵੰਸ਼ ਜਿਹਨਾਂ ਨੂੰ ਬੜਾ ਕੌਮ ਦੇ ਸਨਮਾਨ ਹੈ ਸੱਚਖੰਡ ਵਾਸੀ ਮਹਾਂਪੁਰਸ਼ ਬਾਬਾ ਸੋਹਣ ਸਿੰਘ ਜੀ ਉਹਨਾਂ ਦੇ ਪੁੱਤਰ ਬਾਬਾ ਦਇਆ ਸਿੰਘ ਜੀ ਉਹਨਾਂ ਦੇ ਉੱਥੇ ਬਹੁਤ ਹੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਆਹ ਸਾਰੇ ਸਮਾਗਮ ਨੂੰ ਨੇੜੇ ਚਾੜ੍ਹਨ ਲਈ ਆਹ ਸਾਰੀਆਂ ਸੁੰਦਰ ਰਚਨਾਵਾਂ ਵਧੀਆ ਪੰਡਾਲ ਲਾ ਕੇ ਸਤਿਗੁਰੂ ਜਾਗਤ ਜੋਤ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੀ ਅਖੰਡ ਪਾਠ ਆਰੰਭ ਕਰਾਇਆ ਉਹਨਾਂ ਦੇ ਸਿੰਘਾਂ ਨੇ ਸਾਥੀਆਂ ਨੇ ਆ ਕੇ ਤੇ ਸੰਪੂਰਨ ਹੋਇਆ ਭੋਗ ਪਾਇਆ ਅਰਦਾਸ ਹੋਈ ਹੈ ਤੇ ਸਾਡੇ ਸਰਕਾਰ ਜੋ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦੇ ਉੱਚ ਅਧਿਕਾਰੀ ਸਰਦਾਰ ਸਕੱਤਰ ਸਿੰਘ ਜੀ ਅਤੇ ਜਗਗੁਰੂ ਨਾਨਕ ਦੇਵ ਮਹਾਰਾਜ ਜੀ ਨਾਨਕ ਸੇਵਾ ਸੁਸਾਇਟੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਤੇ ਜਿਹੜੀ ਬਣਾਈ ਗਈ ਅਮਰੀਕਾ ਵਾਲੇ ਸਰਦਾਰ ਮਨਜੀਤ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਉਹਨਾਂ ਦੇ ਅੰਦਰ ਕਿਹੜਾ ਹੈ ਸਿੱਖੀ ਦੀ ਪਿਛਲੇ ਸਮੇਂ ਵੀ ਨੇਪਾਲ ਵਿੱਚ ਜਗ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੀਜੀ ਰਾਤੀ ਜਦੋਂ ਆਇਆ ਜਗ ਦੇ ਆਧਾਰ ਕਰਨ ਲਈ ਸਤਿਗੁਰੂ ਮਹਾਰਾਜ ਜੀ ਨੇ ਖਟਮੰਡੂ ਬਹੁਤ ਸਥਾਨਾਂ ਦੇ ਉੱਤੇ ਚਰਨ ਪਾਏ ਉਹਨਾਂ ਦੀ ਯਾਦ ਵਿੱਚ ਸਥਾਨ ਬਣੇ ਹੋਏ ਨੇ ਜਿੱਥੇ ਸਾਡੇ ਬਹੁਤ ਸਤਿਕਾਰਯੋਗ ਮਹਾਂਪੁਰਸ਼ ਉਦਾਸੀ ਸੰਪਰਦਾ ਦੇ ਮਹਾਂਪੁਰਸ਼ ਤੋਂ ਸੇਵਾ ਦੀਆਂ ਸਲਾਹ ਕਰ ਰਹੇ ਨੇ ਔਰ ਕਾਫੀ ਸਮਾਂ ਹੋ ਗਿਆ ਕੁਝ ਸਥਿਤੀਆਂ ਬਦਲ ਜਾਂਦੀਆਂ ਨੇ ਔਰ ਥਾਵਾਂ ਦੀ ਕੁਝ ਸੇਵਾ ਸੁਧਾਰ ਚੰਗੇ ਢੰਗ ਨਾਲ ਹੋ ਵੀ ਨਹੀਂ ਰਹੀ ਔਰ ਹੋ ਵੀ ਰਹੀ ਹੈ ਦੋਵੇਂ ਗੱਲਾਂ ਇੱਥੇ ਸਾਡੇ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਹਿਬ ਜੀ ਦਾ ਆਉਣਾ ਸੰਤ ਬਾਬਾ ਅਵਤਾਰ ਸਿੰਘ ਜੀ ਦਾ ਆਉਣਾ ਔਰ ਸਾਡੇ ਉੱਚ ਅਧਿਕਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬ ਜੀ ਦਾ ਆਉਣਾ ਔਰ ਹੋਰ ਸਭ ਇਲਾਕੇ ਦੇ ਜਿਹੜੇ ਆ ਹੁਣੇ ਹੁਣ ਆਪ ਜੀ ਦੇ ਨਾਲ ਸਾਡੇ ਸਤਿੰਦਰ ਸਿੰਘ ਜੀ ਨੇ ਉਹਨਾਂ ਨਾਮ ਪਰ ਹਸਤੀਆਂ ਦੇ ਜਿਹੜੇ ਇਸ ਇਲਾਕੇ ਦੇ ਪ੍ਰਬੰਧੇ ਸੱਜਣ ਉਹਨਾਂ ਦਾ ਆਉਣਾ ਬਹੁਤ ਵੱਡੀ ਗੱਲ ਹੈਗੀ ਇੱਥੇ ਸਾਡੇ ਜਿਹੜੇ ਇਲਾਕੇ ਦੇ
ਜਿਨ੍ਹਾਂ ਨੇ ਇਸ ਇਲਾਕੇ ਦਾ ਵਿਸ਼ਵਾਸ ਜਿੱਤਿਆ। ਐਮ ਪੀ ਸਾਹਿਬ ਵੋਟ ਕੇ ਗਏ ਨੇ ਔਰ ਉਹਨਾਂ ਦਾ ਹੋਰ ਅਧਿਕਾਰੀ ਜਿਹੜੇ ਆਏ ਨੇ ਉਹਨਾਂ ਦਾ ਆਉਣਾ ਬਹੁਤ ਵੱਡੀ ਗੱਲ ਹੈਗੀ ਹੈ। ਇਹ ਸਿੱਖ ਪਰਿਵਾਰਾਂ ਦੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਉਹਨਾਂ ਨੇ ਆਪਣੇ ਮਨੋ ਭਾਵ ਔਰ ਮਨ ਦੇ ਵਿਚਾਰ ਖਿਆਲ ਵੀ ਤੁਹਾਡੇ ਨਾਲ ਸਾਂਝੇ ਕੀਤੇ ਨੇ। ਬਸ ਮੈਂ ਬਹੁਤਾ ਸਮਾਂ ਨਹੀਂ ਲੈਣਾ, ਮੈਂ ਇਹਨਾਂ ਪਦਮੰਤੇ ਸੱਜਣਾ ਆਇਆਂ ਦਾ ਔਰ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਔਰ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਔਰ ਭਾਈ ਮਨਜੀਤ ਸਿੰਘ ਜੀ, ਸਰਦਾਰ ਦਰਸ਼ਨ ਸਿੰਘ ਜੀ, ਉਹਨਾਂ ਦੇ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਪਰ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਸਾਡੇ ਉੱਚ ਅਧਿਕਾਰੀ ਇਹ ਪਦਵੀਆਂ ਜਿਹੜੀਆਂ ਨੇ ਪ੍ਰਭੂ ਦੀ ਕਿਰਪਾ ਦੇ ਨਾਲ ਮਿਲਦੀਆਂ। ਉੱਚ ਅਧਿਕਾਰੀ ਇੱਥੇ ਸਾਡੇ ਕੋਲ ਬੈਠੇ ਨੇ, ਅਸੀਂ ਨੇਪਾਲ ਗੱਲ ਤੋਂ ਜਦੋਂ ਆਏ ਹਾਂ ਪਰ ਮੈਂ ਦੇਖਿਆ, ਅਸੀਂ ਦੇਖ ਕੇ ਬੜੇ ਦੇਸ਼ ਵੀ ਵੇਖੇ ਨੇ, ਹਿੰਦੁਸਤਾਨ ਵੇਖਿਆ ਹੈ, ਹਿੰਦੁਸਤਾਨ ਦੇ ਨਾਲ ਲੱਗਦੇ ਇਲਾਕੇ ਪਾਕਿਸਤਾਨ ਔਰ ਹੋਰ ਵੀ ਬਹੁਤ ਸਾਰੇ ਦੇਸ਼ ਵੇਖੇ ਨੇ। ਪਰ ਇੱਕ ਗੱਲ ਮੈਂ, ਇਹ ਸਾਡੇ ਪਦਮੰਤੇ ਸੱਜਣ ਨੇ, ਜ਼ਿੰਮੇਵਾਰ ਸੱਜਣ ਨੇ, ਪਰ ਸੜਕ ਇਸ ਇਲਾਕੇ ਦੀ ਪਛੜੇ ਹੋਏ ਇਲਾਕੇ ਨੂੰ ਸੜਕ ਨਾ ਹੋਵੇ। ਬੜੀ ਅਸੀਂ ਜਿਸ ਤਰ੍ਹਾਂ ਦੇ ਆ ਵੇਖਿਆ ਹੈ ਕਿ ਮੈਂ ਉਮੀਦ ਕਰਾਂਗਾ ਸਭ ਤੋਂ ਪਹਿਲਾਂ ਇਹ ਅਸਾਮ ਜੋ ਰਾਣੀ ਜਿੰਦ ਕੌਰ ਦੇ ਨਾਂ ਤੇ ਖਾਲਸਾ ਸਕੂਲ ਦੀ ਅੱਜ ਆਰੰਭ ਕਰਨ ਲੱਗੇ ਹਾਂ, ਉਹ ਸਕੂਲ ਜਿੱਥੇ ਸਿੱਖ ਬੱਚੇ ਪੜ੍ਹਨਗੇ, ਦੂਸਰੇ ਬੱਚੇ ਵੀ ਪੜ੍ਹਨਗੇ, ਉਹਨਾਂ ਨੂੰ ਵੀ ਨਾਲ ਕੋਈ ਅਧਿਕਾਰ ਹੋਵੇਗਾ, ਇਸ ਤਰ੍ਹਾਂ ਨਹੀਂ ਗੱਲ ਹੋਵੇਗੀ। ਉੱਥੇ ਸਿੱਖੀ ਦੀ ਗੱਲ ਹੋਵੇਗੀ, ਆਪਣੀ ਮਾਂ ਬੋਲੀ ਪੰਜਾਬੀ ਦੀ ਗੱਲ ਹੋਵੇਗੀ, ਇਹ ਪਰਿਵਾਰ ਜੁੜੇ ਰਹਿਣਗੇ। ਮੈਂ ਐਮਪੀ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿ ਇਸ ਨਗਰ ਨੂੰ ਆਉਣ ਵਾਸਤੇ ਔਰ ਇਹ ਪਿੰਡ ਵੀ ਜਿਹੜਾ ਹੈ ਪਿੰਡਾਂ ਦੇ ਵਿੱਚੋਂ ਇੱਕ ਨਾਮਵਰ ਪਿੰਡ ਨੂੰ ਨਾਮ ਦਿੱਤਾ ਜਾਵੇ, ਵਿਸ਼ੇਸ਼ ਪਿੰਡ ਦਾ ਇਹਨੂੰ ਗੁਰਦਾਰੇ ਜਾਵੇ, ਇਹਨੂੰ ਪਾਧੀ ਦਿੱਤੀ ਜਾਵੇ ਅਤੇ ਇਹਨੂੰ ਵਧੀਆ ਸੜਕ ਅਤੇ ਹੋਰ ਸਹੂਲਤਾਂ ਜਿਹੜੀਆਂ ਵਿਸ਼ੇਸ਼ ਸਹੂਲਤਾਂ ਜਿਹੜੀਆਂ ਇਸ ਨਗਰ ਨੂੰ ਦੇਣ ਦੀ ਅਪੀਲ ਸਮੁੱਚੀ ਸਿੱਖ ਸੰਗਤ ਵੱਲੋਂ ਅਸੀਂ ਕਰਾਂਗੇ। ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਫਿਰ ਸਤਿਗੁਰੂ ਦੀ ਕਿਰਪਾ ਦੇ ਨਾਲ ਇੱਥੇ ਅਗਲੇ ਸਾਲ ਵੀ ਸਮਾਗਮ ਮੇਲੇ ਆਵਾਂਗੇ ਤੇ ਸਾਨੂੰ ਉਹ ਬਣੀਆਂ ਹੋਈਆਂ ਚੰਗੀਆਂ ਸੜਕਾਂ ਦੇਖਣ ਨੂੰ ਪੈਣਗੀਆਂ ਤੇ ਅਸੀਂ ਫਿਰ ਵੀ ਇਹਨਾਂ ਦਾ ਧੰਨਵਾਦ ਕਰਾਂਗੇ। ਸਮੂਹ ਸਿੱਖ ਸੰਗਤਾਂ ਦਾ, ਆਏ ਹੋਏ ਸਾਰੇ ਮਹਾਂਪੁਰਸ਼ਾਂ ਦਾ, ਆਏ ਹੋਏ ਉੱਚ ਅਧਿਕਾਰੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਕਿ ਮਾਤਾ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।